ਪਰਮੇਸ਼ਵਰ ਦੇ ਆਤਮਾ ਨੇ ਤੁਹਾਡੇ ਬਾਰੇ ਬਹੁਤ ਗੱਲਾਂ ਮੈਨੂੰ ਕੀਤੀਆਂ। ਪਰਮੇਸ਼ਵਰ ਕਹਿੰਦਾ ਮੈਂ ਤੁਹਾਨੂੰ ਸਕਸੈਸ ਕਰਾਂਗਾ। 3 ਹਫ਼ਤੇ ਦੇ ਵਿੱਚ ਵਿੱਚ ਪਰਮੇਸ਼ਵਰ ਤੁਹਾਨੂੰ ਬਲੈਸਿੰਗ ਦੇ ਰਸਤੇ ਖੋਲਣ ਜਾ ਰਿਹਾ। ਠੀਕ ਹੈ, ਏਦਾਂ ਨਹੀਂ ਮੈਂ ਕੋਲੋਂ ਨਹੀਂ ਬੋਲ ਰਿਹਾ, ਪਰਮੇਸ਼ਵਰ ਦਾ ਆਤਮਾ ਗੱਲ ਕਰ ਰਿਹਾ। ਠੀਕ ਹੈ, 3 ਹਫ਼ਤੇ ਦੇ ਅੰਦਰ ਅੰਦਰ ਬੜੀ ਬਲੈਸਿੰਗਸ ਨੂੰ ਦੇਖੋਗੇ। ਠੀਕ ਹੈ, ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਪਰ ਹੈ ਔਰ ਪਰਮੇਸ਼ਵਰ ਤੁਹਾਨੂੰ ਬਲੈਸ ਕਰੇਗਾ। ਕੁਛ ਮੈਂ ਕੋਈ ਕੋਈ ਸਾਧਨ ਏਦਾਂ ਆਉਂਦਾ ਦੇਖਿਆ ਵੀ ਨਾ, ਕੌਣ ਪਲਾਨ ਕਰਦਾ ਏਦਾਂ ਫੇਸ ਸਾਧਨ ਦਾ? ਤੁਹਾਨੂੰ ਬਾਈਕ ਦੀ ਆਸ਼ੀਸ਼ ਮਿਲਣੀ ਜਾ ਰਹੀ ਹੈ। ਅਸੀਂ ਉਸ ਆਸ਼ੀਸ਼ ਨੂੰ ਰਿਸੀਵ ਕੀਤਾ ਅਤੇ ਖੁਦਾ ਨੇ ਸਾਨੂੰ ਬਾਈਕ ਦਿੱਤੀ ਹੈ। ਇਹ ਭਾਈ ਆਪਣੀ ਗਵਾਹੀ ਦੇ ਵਿੱਚ ਦੱਸ ਰਹੇ ਨੇ, ਖੁਦਾ ਦੇ ਦਾਸ ਨੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਪ੍ਰੋਫੈਸੀ ਕੀਤੀ ਸੀ ਕਿ ਤੁਸੀਂ ਇੱਕ ਬਾਈਕ ਦੇ ਨਾਲ ਬਲੈਸ ਹੋਣ ਜਾ ਰਹੇ ਹੋ। ਇਹਨਾਂ ਨੇ ਉਸ ਗਵਾਹੀ ਨੂੰ ਰਿਸੀਵ ਕੀਤਾ ਔਰ ਘਰ ਜਾ ਕੇ ਪ੍ਰਾਰਥਨਾ ਵੀ ਕੀਤੀ ਔਰ ਸੱਚਮੁੱਚ ਖੁਦਾ ਵਈ ਯਿਸੂ ਮਸੀਹ ਨੇ ਇਹਨਾਂ ਨੂੰ ਇੱਕ ਨਵੇਂ ਬਾਈਕ ਦੇ ਨਾਲ ਬਲੈਸ ਕੀਤਾ ਔਰ ਇਸ ਗਵਾਹੀ ਦੇ ਲਈ ਇਹ ਖੁਦਾ ਦੇ ਦਾਸ ਦਾ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਜੋਰ ਜੋਰ ਤਾੜੀਆਂ ਮਾਰਾਂਗੇ ਪਰਮੇਸ਼ਰ ਦੀ ਮਹਿਮਾ ਦੇ ਲਈ। ਹਾਲੇਲੂਯਾ।